ਅਹਿਮਦ ਅਲੀ ਜੀ, ਜਿਹੜਾ ਬੇਲਾ ਹੈ ਇਹ ਤੇ ਜੰਗਲ ਨੂੰ ਕਹਿੰਦੇ ਨੇ ਜੀ, ਤੇ ਤੁਸੀਂ ਆਪਣੇ ਨਾਮ ਦੇ ਨਾਲ ਜਿਹੜਾ ਲਗਾਇਆ ਵਿਆ, ਇਹਦੀ ਕੋਈ ਵਜ੍ਹਾ ਹੋਏਗੀ? ਉਹਦੀ ਵਜ੍ਹਾ ਇਹ ਹੈ ਕਿ ਮੈਂ ਸ਼ਾਹ ਹੁਸੈਨ ਸਾਹਿਬ ਦੇ ਦਰਬਾਰ ਚ ਗਾ ਰਿਹਾ ਸਾਂ ਜੀ, ਤੇ ਬਹੁਤ ਖੂਬਸੂਰਤ ਕਾਫੀ ਗਾ ਰਿਹਾ ਸਾਂ, ਇੱਕ ਦਰਵੇਸ਼ ਬੈਠਾ ਹੋਇਆ ਸੀ ਜੀ, ਮੇਰਾ ਨਾਮ ਅਹਿਮਦ ਅਲੀ ਹੈ ਜੀ, ਉਹਨੇ ਕਿਹਾ ਯਾਰ ਤੇਰੀ ਆਵਾਜ਼ ਦੇ ਵਿੱਚੋਂ ਤੇ ਬੜਾ ਦਰਦ ਪੈਦਾ ਹੁੰਦਾ ਹੈ, ਤੇ ਤੂੰ ਖਾਸ ਸ਼ਾਹ ਹੁਸੈਨ ਦਾ ਸਿੰਗਰ ਲੱਗਣਾ ਹੈ, ਤੂੰ ਕਹਿਣ ਦਾ ਮਕਸਦ ਹੈ ਤੂੰ ਨਾਲ ਆਪਣਾ ਬੇਲਾ ਰੱਖ ਲਾ, ਕਿਉਂਕਿ ਤੇਰੀ ਆਵਾਜ਼ ਅੱਲਾਹ ਵੱਲੋਂ ਬਹੁਤ ਸੈਡ ਹੈ, ਜੰਗਲ ਬੇਲੇ ਫਿਰਾਂ ਡੁੱਡੇਂਦੀ ਰਾਂਝਣ ਮੇਰੇ ਸੰਗੇ। ਵਾਹ, ਉਹ ਕਿਹੜੇ ਕਿਹੜੇ ਲੋਕ ਸਨ ਜਿਹੜੇ ਤੁਹਾਨੂੰ ਟੀਵੀ ਤੇ ਰੇਡੀਓ ਤੇ ਲੈ ਕੇ ਆਏ? ਉਹਦੀ ਉਹ ਲੋਕ ਇਹ ਸੀ, ਆਪਣਾ ਮੇਰਾ ਆਪਣਾ ਮਾਮੂ ਸਕਾ ਮਹਾਰਾਜ ਦਿਨ ਅਖਤਰ ਸਾਹਿਬ ਜੀ, ਬਹੁਤ ਵੱਡੇ ਸ਼ਹਿਰ ਪੰਜਾਬੀ ਦੇ ਗੁਜ਼ਰੇ ਜੀ ਜੀ, ਉਹਨਾਂ ਨੇ ਮੈਨੂੰ ਗਾਉਂਦੇ ਦੇਖਿਆ ਤੇ ਉਹਨਾਂ ਨੇ ਕਿਹਾ ਯਾਰ ਤੂੰ ਰੇਡੀਓ ਟੈਲੀਵਿਜ਼ਨ ਜਾ ਤੇ ਤੂੰ ਕਾਫੀਆਂ ਗਾਇਆ ਕਰਿਆ ਕਰ। ਅਯੂਬ ਰਹਿਮਾਨੀ ਸਾਹਿਬ ਔਰ ਫਰੀਦਾ ਖਾਨਮ ਸਾਹਿਬ, ਆਪਣਾ ਮਲਕਾ ਪੁਖਰਾਜ ਸਾਹਿਬ, ਮਹਿੰਦੀ ਹਸਨ, ਇਹ ਸਾਰਿਆਂ ਦੇ ਸਾਹਮਣੇ ਮੈਂ ਆਪਣਾ ਆਡੀਸ਼ਨ ਉਸਨ ਦਿੱਤੀ ਸਾਰਿਆਂ ਨੂੰ, ਤੇ ਉਹਨਾਂ ਨੇ ਮੈਨੂੰ ਕਾਫੀਆਂ ਸ਼ੁਰੂ ਕਰ ਦਿੱਤੀ। ਅੱਛਾ, ਮਹਿੰਦੀ ਹਸਨ ਸਾਹਿਬ ਦਾ ਤੁਸੀਂ ਨਾਮ ਲਿਤਾ, ਤੁਸੀਂ ਉਹਨਾਂ ਦੇ ਨਾਲ ਨੀ ਸੀ ਕੰਮ ਸ਼ੁਰੂ ਕੀਤਾ ਗਾਉਣ ਦਾ? ਹਾਂਜੀ, ਅਸੀਂ ਇਕੱਠੇ ਕੰਮ ਸ਼ੁਰੂ ਕਰਦੇ ਰਹੇ, ਕਹਿਣ ਦਾ ਮਕਸਦ ਹੈ ਕਿ ਉਹਨਾਂ ਨੇ ਜਦੋਂ ਗਜ਼ਲ ਗਾਈ ਨਾ ਦੇਖ ਤੋ ਦਿਲ ਕੀ ਜਹਾਂ ਸੇ ਉੱਠਤਾ ਹੈ, ਤੋ ਮੈਂ ਜਿੰਨੀਆਂ ਗਜ਼ਲਾਂ ਗਾਈਆਂ ਉਹਨਾਂ ਉਹਦੀ ਗਜ਼ਲ ਬਹੁਤ ਦੁਨੀਆਂ ਨੇ ਪਸੰਦ ਕੀਤੀ। ਮੈਂ ਬੜਾ ਪਰੇਸ਼ਾਨ ਹੋਇਆ, ਪਰੇਸ਼ਾਨ ਬਹੁਤ ਬੈਠਾ, ਇੱਕ ਵਾਰੀ ਮੈਂ ਬੈਠਾ ਤੇ ਆਪਣਾ ਫਰੀਦਾ ਖਾਨਮ ਮਲਕਾ ਪੁਖਰਾਜ ਬੀਬੀ ਕਹਿਣ ਲੱਗੀ ਕਿ ਅਹਿਮਦ ਤੂੰ ਪਰੇਸ਼ਾਨ ਕਿਉਂ ਹੈ, ਸਲਾਮਤ ਖਾਨ ਨੂੰ ਕਹਿਣ ਲਈ ਯਾਰ ਤੂੰ ਪਰੇਸ਼ਾਨ ਕਿਉਂ ਹੈ, ਮੈਂ ਕਿਹਾ ਜੀ ਪਰੇਸ਼ਾਨ ਹੈ ਕਿ ਜਿਹੜੀ ਮੈਂ ਗਜ਼ਲ ਗਾਉਂਦਾ ਉਹ ਚੱਲਦੀ ਨਹੀਂ, ਜਿਹੜੀ ਮਹਿੰਦੀ ਗਾਉਂਦਾ ਚੱਲ ਜਾਂਦੀ ਹੈ। ਉਹਨੇ ਕਿਹਾ ਤੂੰ ਸ਼ਾਹ ਦਾ ਕਲਾਮ ਗਾਇਆ ਕਰ ਹਾਂ ਆਪਣੇ ਮੁਰਸ਼ਦ ਦਾ, ਤੇ ਸਭ ਤੋਂ ਪਹਿਲੇ ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਇਹ ਜਿਹੜੀ ਕਾਫੀ ਹੈ ਕੋਈ ਗਾਵੇ ਦੁਨੀਆਂ ਗਾਉਂਦੀ ਸਾਰੀ, ਜਿਸ ਵੇਲੇ ਮੈਂ ਗਾਉਣਾ ਔਰ ਸ਼ਾਹ ਹੁਸੈਨ ਦੀ ਮਿਹਰਬਾਨੀ ਦੇ ਨਾਲ ਦੁਨੀਆਂ ਕਹਿੰਦੀ ਕਿ ਅਹਿਮਦ ਅਲੀ ਬੇਲਾ ਹੀ ਹੈ। ਛੋੜਦਾ ਲਨੇ
शंकर जंगल